पुलिस वाले अगे मिन्नता कर रही एक छोटी जी बच्ची जिसका भरा नहाउण दे लई नहर च गया सी पर पानी दे वहा नाल वह गया ते वापस नहीं आया। जिस तो बाद परिवार दा रो रो के बुरा हाल है। ताई मौके दियां तस्वीरां सामने आईयां ने जिथे वेख सकदे हो किवें इह परिवार पुलिस अगे मिन्नता कर रहा है, खास करके एक छोटी जिही बच्ची जो कि कह रही है पुलिस जी मेरा भरा बाहर कढ लियाओ। तो अखां च हंझू वेख सकदे हो, इस बच्ची का रो रो के बुरा हाल है। तो दस दे कि 9 साल का बच्चा सी जिहड़ा कि अपने साथी दे नाल नहर दे विच नहाउण दे लई जांदा है। ਤਾਂ ਨਹਿਰ ਦੇ ਵਿੱਚ ਵਹਾਅ ਤੇਜ਼ ਹੁੰਦਾ ਹੈ ਜਿਸ ਕਾਰਨ ਇਹ ਦੋਨੋਂ ਡੁੱਬਣ ਲੱਗ ਜਾਂਦੇ ਨੇ। ਤਾਂ ਜਦ ਇਹ ਹੱਥ ਪੈਰ ਮਾਰ ਰਹੇ ਹੁੰਦੇ ਆ ਤਾਂ ਮੌਕੇ 'ਤੇ ਮੌਜੂਦ ਜੋ ਦੂਸਰੇ ਲੋਕ ਹੁੰਦੇ ਆ ਉਹਨਾਂ ਨੂੰ ਵੇਖ ਲੈਂਦੇ ਨੇ ਅਤੇ ਇਹਨਾਂ ਨੂੰ ਬਚਾਉਣ ਦੇ ਲਈ ਮੌਕੇ 'ਤੇ ਪਹੁੰਚਦੇ ਨੇ। ਤਾਂ ਇਹਨਾਂ ਦੇ ਵਿੱਚੋਂ ਇੱਕ ਬੱਚੇ ਨੂੰ ਤਾਂ ਉਹਨਾਂ ਦੇ ਵੱਲੋਂ ਬਾਹਰ ਕੱਢ ਲਿਆ ਜਾਂਦਾ ਪਰ ਦੂਸਰਾ ਬੱਚਾ ਪਾਣੀ ਦੇ ਵਹਾਅ ਦੇ ਨਾਲ ਅੱਗੇ ਲੰਘ ਜਾਂਦਾ ਜਿਸ ਦਾ ਹਾਲੇ ਤੱਕ ਵੀ ਕੋਈ ਪਤਾ ਨਹੀਂ ਲੱਗਿਆ। ਤਾਂ ਪੁਲਿਸ ਦੇ ਵੱਲੋਂ ਗੋਤਾਖੋਰਾਂ ਦੇ ਨਾਲ ਮਿਲ ਕੇ ਇਹਨਾਂ ਨੂੰ ਲੱਭਣ ਦੇ ਲਈ ਭਾਲ ਸ਼ੁਰੂ ਕੀਤੀ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ 9 ਸਾਲ ਦਾ ਸਿਰਫ ਇਹ ਬੱਚਾ ਸੀ ਜਿਹੜਾ ਕਿ ਗਰਮੀਆਂ ਤੋਂ ਤੰਗ ਹੋ ਕੇ ਨਹਿਰ ਦੇ ਵਿੱਚ ਨਹਾਉਣ ਗਿਆ ਸੀ ਪਰ ਅੱਗੇ ਜਾ ਕੇ ਵਹਾਅ ਤੇਜ਼ ਸੀ, ਉਸਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ। ਤਾਂ ਜਦ ਇਹ ਡੁੱਬਣ ਲੱਗੇ ਤਾਂ ਹੱਥ ਪੈਰ ਮਾਰਨ ਲੱਗੇ। ਲੋਕਾਂ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਉਹਨਾਂ ਦੇ ਵੱਲੋਂ ਇੱਕ ਨੂੰ ਹੀ ਬਚਾਇਆ ਜਾ ਸਕਿਆ ਜਦਕਿ ਇਹ ਪਾਣੀ ਦੇ ਵਹਾਅ ਦੇ ਨਾਲ ਅੱਗੇ ਲੰਘ ਗਿਆ ਅਤੇ ਇਸ ਬਚਾਏ ਗਏ ਬੱਚੇ ਨੂੰ ਫਿਰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਯਮੁਨਾਨਗਰ ਤੋਂ ਸਾਹਮਣੇ ਆਇਆ ਜਿੱਥੇ ਇੱਕ 9 ਸਾਲ ਦਾ ਮਾਸੂਮ ਬੱਚਾ ਜਿਸਦਾ ਨਾਮ ਆਜ਼ਾਦ ਦੱਸਿਆ ਜਾ ਰਿਹਾ ਜੋ ਕਿ ਪਾਣੀ ਦੇ ਵਹਾਅ ਦੇ ਨਾਲ ਵਹਿ ਗਿਆ ਅਤੇ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਉਸਨੂੰ ਲੱਭਣ ਦੇ ਲਈ ਭਾਲ ਸ਼ੁਰੂ ਕੀਤੀ ਗਈ ਹੈ। ਦੇਖੀ ਐਸਾ ਹੈ ਜੀ, ਲਗਭਗ 1.25 ਘੰਟਾ ਪਹਿਲੇ ਹਮਾਰੇ ਪਾਸ ਸੂਚਨਾ ਪ੍ਰਾਪਤ ਹੋਈ, 2 ਨਹਾਤੇ ਹੋਏ ਛੋਟੇ ਬੱਚੇ ਪਾਣੀ ਮੇਂ ਬਹਿ ਗਏ ਹੈਂ, ਜਿਨਮੇਂ ਸੇ ਕਰੀਬ 11 ਸਾਲ ਕਾ ਬੱਚਾ ਥਾ, ਉਸਕੋ ਤੁਰੰਤ ਨਿਕਾਲ ਲਿਆ ਹੈ ਅਮਿਤਾ ਕੇ ਲੋਕਲ ਗੋਤਾਖੋਰੋਂਗੇ ਇਮਦਾਦ ਸੇ, ਔਰ ਉਸਕੋ ਐਂਬੂਲੈਂਸ ਕੋ ਫੋਨ ਕੀਆ, ਰਾਸਤੇ ਮੇਂ ਜਾ ਪੁਲੀਆ ਬਣ ਰਹੀ ਹੈ, ਰਾਸਤੇ ਮੇਂ ਜਾਮ ਵੀ ਲਗਾ ਰਹਤਾ ਹੈ, ਹਮ ਉਸਕੋ ਤੁਰੰਤ ਆਪਣੀ ਗਾਡੀ ਮੇਂ ਬਿਠਾ ਕੇ ਉਨਕੋ ਹਸਪਿਟਲ ਲੇ ਗਏ ਹੈਂ। ਰਾਸਤੇ ਮੇਂ ਐਂਬੂਲੈਂਸ ਵੀ ਮਿਲ ਗਈ ਥੀ। ਜੋ ਦੂਸਰਾ ਛੋਟਾ ਬੱਚਾ ਹੈ 9 ਸਾਲ ਕਾ, ਆਜ਼ਾਦ ਬੱਚਾ ਹੈ, ਆਜ਼ਾਦ ਨਾਮ ਕਾ ਛੋਟਾ ਬੱਚਾ 9 ਸਾਲ ਕਾ, ਉਸਕਾ ਵੀ ਕੋਈ ਸੁਰਾਗ ਨਹੀਂ ਚਲਾ ਹੈ, ਉਹ ਪਾਣੀ ਮੇਂ ਬਹਿ ਗਿਆ ਹੈ, ਗੋਤਾਖੋਰੋਂ ਕੀ ਇਮਦਾਦ ਸੇ ਉਸਕੋ ਚੈੱਕ ਕੀਆ ਹੈ ਪਾਣੀ ਮੇਂ, ਉਸਕਾ ਲੇਕਿਨ ਉਸਕਾ ਵੀ ਕੋਈ ਸੁਰਾਗ ਨਹੀਂ ਚਲਾ ਹੈ। ਉਸ ਕਿਤਨਾ ਬਿਲਕੁਲ ਲੀ ਜਾ ਰਹੀ ਹੈ ਜੀ, ਪ੍ਰਾਈਵੇਟ ਗੋਤਾਖੋਰ ਹੈ, ਉਹ ਵੀ ਹਮਾਰੀ ਖੂਬ ਮਦਦ ਕਰਤੇ ਹੈ, ਆਕੇ ਗੜੀ ਗਾਉਂ ਕੇ ਹੈ ਬਚੇ, ਜੋ ਤੈਰਾਕ ਹੈ ਯਹਾਂ ਪੇ, ਉਹ ਵੀ ਖੂਬ ਮਦਦ ਕਰਤੇ ਹੈ ਜੀ, ਜੇ ਹਮਾਰਾ ਅਮਰ ਸਿੰਘ ਗੋਤਾਖੋਰ ਉਹ ਵੀ ਹੈ, ਔਰ ਰਾਜੀਵ ਪ੍ਰਾਈਵੇਟ ਗੋਤਾਖੋਰ ਹੈ, ਉਸਕੋ ਬੁਲਾਤੇ ਹੈ, ਉਸਕੇ ਅੱਗੇ ਜੋ ਲੜਕੇ ਹੈ ਨਏ ਸਿੱਖ ਰਹੇ, ਉਹ ਵੀ ਕੰਮ ਕਰ ਰਹੀ ਸੀ।